ਇਹ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਨੀ ਹੈ ਕਿ ਸਿਰਫ 2 ਮਿੰਟ ਦੇ ਵਿੱਚ 13 ਕੁਐਸਚਨ ਦੀ ਲੋਕੇਸ਼ਨ ਕਿਵੇਂ ਫਾਈਂਡ ਆਊਟ ਕਰਨੀ ਹੈ। ਤੁਹਾਡੇ ਸਾਹਮਣੇ ਇੱਕ ਪੈਰਾ ਪਿਆ, ਤਾਂ ਜੇ ਆਪਾਂ ਧਿਆਨ ਨਾਲ ਦੇਖੀਏ ਫਾਸਟ ਕੰਮ ਕਰਾਂਗੇ ਥੋੜ੍ਹਾ ਜਿਹਾ। ਪਹਿਲੇ ਸ਼ੇਡ ਤੁਹਾਡੇ ਕੋਲ ਯੈਸ ਨੂੰ ਨੋਟ ਗਿਵਨ ਆ। ਮੈਂ ਤੁਹਾਨੂੰ ਦੱਸਾਂ ਕਿ ਯੈਸ ਨੂੰ ਨੋਟ ਗਿਵਨ ਦੇ ਵਿੱਚ ਜਿਹੜਾ ਸਭ ਤੋਂ ਵੀਕ ਕੁਐਸਚਨ ਹੁੰਦਾ, ਜਿਹਦੇ ਵਿੱਚ ਪ੍ਰੋਪਰ ਨਾਊਨ ਜਾਂ ਕੋਈ ਮੈਥਮੈਟੀਕਲ ਫਿਗਰ, ਜਿਵੇਂ ਕਿ ਥਰਡ ਦੇ ਵਿੱਚ ਕੀ ਲਿਖਿਆ ਪਿਆ, ਆਪਣੇ ਕੋਲ 1970 ਲਿਖਿਆ ਪਿਆ, ਜਿੱਥੇ ਤੁਸੀਂ ਥਰਡ ਨੰਬਰ ਲੱਭ ਲਿਆ ਤਾਂ ਮੰਨ ਕੇ ਚੱਲੋ ਹੁਣ ਆਹ 2 ਜਿਹੜੇ ਹੈਗੇ ਤਾਂ ਹੋਣਗੇ। ਉਦੋਂ ਰੀਡਿੰਗ ਦੇ ਵਿੱਚ ਨੀਚੇ ਵਾਲੇ ਤਾਂ ਨੀਚੇ ਹੋਣਗੇ, ਕਿਉਂ ਯੈਸ ਨੂੰ ਨੋਟ ਗਿਵਨ ਸੀਕੁਐਂਸ ਦੇ ਵਿੱਚ ਚੱਲਦੇ ਆ। ਜਾਂਦੇ ਸਾਰੀ ਆਪਾਂ ਸਭ ਤੋਂ ਪਹਿਲਾਂ 1970 ਲੱਭਾਂਗੇ। 1970 ਧਿਆਨ ਨਾਲ ਦੇਖੀਏ ਤਾਂ ਤੁਹਾਡਾ ਆਹ ਪਿਆ, ਆਹ ਤੁਹਾਡੇ ਤੀਸਰੇ ਨੰਬਰ ਵਾਲੇ ਕੁਐਸਚਨ ਆ, ਪਹਿਲੇ 2 ਹੈਗੇ ਆ ਇੱਥੇ। ਤਾਂ ਜੇ ਹੁਣ ਆਪਾਂ ਧਿਆਨ ਨਾਲ ਦੇਖੀਏ ਕਿ ਆਪਾਂ ਨੂੰ ਪਤਾ ਲੱਗ ਗਿਆ 1970 ਵਾਲਾ, ਆਪਾਂ ਦੇਖ ਲਿਆ ਓਕੇ। ਜੇ ਤੁਸੀਂ 5th ਵਿੱਚ ਜਾ ਕੇ ਦੇਖੋ ਤਾਂ ਕੋਈ ਇੱਕ ਨੇਮ ਲਿਖਿਆ ਪਿਆ ਕਿਸੇ ਪਰਸਨ ਦਾ, ਓਕੇ ਬੈਲਨ। ਤਾਂ ਜੇ ਆਪਾਂ ਨੀਚੇ ਜਾ ਕੇ ਦੇਖੀਏ ਮਲਟੀਪਲ ਕੁਐਸਚਨ 'ਤੇ ਪਹੁੰਚ ਗਏ, 7 ਤੋਂ 8 ਆਪਣੇ ਕੋਲ 2 ਮਲਟੀਪਲ ਆ, ਅਤੇ ਮਲਟੀਪਲ ਦੇ ਵਿੱਚ ਵੀ ਬੈਲਨ ਨਾਮ ਲਿਖਿਆ ਪਿਆ। ਇਹਦਾ ਮਤਲਬ 5ਵਾਂ ਅਤੇ 7ਵਾਂ ਜਿਹੜੇ ਹੈਗੇ ਆ ਉਹ ਸੇਮ ਲੋਕੇਸ਼ਨ ਦੇ ਉੱਪਰ ਆ, 5ਵਾਂ ਅਤੇ 7ਵਾਂ। ਗਾਣਾ ਦੇਖੀਏ ਤਾਂ ਆਪਣੇ ਕੋਲ ਨਾਮ ਪਿਆ ਜੀ ਆਹ ਵਾਲਾ। ਹੁਣ ਧਿਆਨ ਨਾਲ ਦੇਖਿਓ, ਆਪਾਂ ਹੁਣ ਸਾਰਾ ਆਪਣਾ ਜੋ ਫੋਕਸ ਕਰਨਾ ਉਹ ਨੇਮ ਲੱਭਣ 'ਤੇ ਕਰਨਾ, ਜਿਹੜਾ ਉਹ ਨੇਮ ਸੀਗਾ ਬੈਲਨ। ਤਾਂ ਆਪਾਂ ਧਿਆਨ ਨਾਲ ਜਾ ਕੇ ਦੇਖਦੇ ਇੱਥੇ ਆਪਣੇ ਕੋਲ ਬੈਲਨ ਨਾਮ ਹਾਲੇ ਤੱਕ ਨਹੀਂ ਆਇਆ। ਨੀਚੇ ਆਪਾਂ ਜਾ ਕੇ ਦੇਖੀਏ ਤਾਂ ਆਪਣੇ ਕੋਲ ਆਹ ਵਾਲਾ ਉਹ ਨਾਮ ਲਿਖਿਆ ਪਿਆ, ਯਾਨੀ ਕਿ ਆਹ ਆਪਣਾ 5ਵੇਂ ਨੰਬਰ ਵਾਲਾ, 5ਵੇਂ ਦੇ ਨਾਲ ਨਾਲ ਇਹ ਆਪਣਾ 7ਵੇਂ ਨੰਬਰ ਵਾਲਾ ਵੀ ਹੈ। ਅਤੇ ਹੁਣ 7ਵੇਂ ਤੋਂ ਗਾਂਹ ਮਲਟੀਪਲ ਇੱਕ ਹੋਰ ਪਿਆ ਸੀ ਜਿਹਦੇ ਵਿੱਚ ਇੱਕ ਹੋਰ ਪਰਸਨ ਦਾ ਨਾਮ ਲਿਖਿਆ ਪਿਆ ਸੀ, ਕਿਉਂਕਿ ਮਲਟੀਪਲ ਵੀ ਸੀਕੁਐਂਸ ਦੇ ਵਿੱਚ ਚੱਲਦੇ ਹੁੰਦੇ ਆ ਤਾਂ ਉਹ ਆਪਣਾ ਨਾਮ ਪਿਆ। ਹੁਣ ਆਹ ਵਾਲਾ ਗਾਂਹ ਲੈ ਕੇ ਆਹ ਆਪਣੇ ਕੋਲ 8ਵੇਂ ਨੰਬਰ ਵਾਲਾ ਮਲਟੀਪਲ ਪਿਆ ਵਾ। ਤਾਂ ਹੁਣ ਤੱਕਰ ਆਪਾਂ ਕੀ ਦੇਖਿਆ, ਆਪਣੇ ਯੈਸ ਨੋਟ ਗਿਵਨ, ਪਹਿਲੇ 6 ਬੈਲਨ ਤੋਂ ਨੀਚੇ ਵਾਲੇ, ਉੱਥੇ 6ਵੇਂ ਦੀ ਗੱਲ ਕੀਤੀ ਪਈ ਹੋਊਗੀ, ਆਹ ਆਪਣੇ ਕੋਲ ਹੋ ਗਈ 6 ਦੇ 6 ਆਪਣੇ ਕੋਲ ਫਾਈਂਡ ਆਊਟ ਹੋ ਗਏ, 7ਵਾਂ 8ਵਾਂ ਆਪਣੇ ਕੋਲ ਦੋਨੇ ਫਾਊਂਡ ਆਊਟ ਹੋ ਗਏ। ਅਤੇ ਜੇ ਆਪਾਂ ਧਿਆਨ ਨਾਲ ਦੇਖੀਏ ਤਾਂ 6ਵੇਂ ਦੇ ਵਿੱਚ ਗੱਲ ਕੀਤੀ ਆ 2 ਕੈਰੀਅਰ, ਧਿਆਨ ਨਾਲ ਦੇਖੋ 2 ਕੈਰੀਅਰ ਹਾਊਸਹੋਲਡਸ ਦੀ ਗੱਲ ਕੀਤੀ ਆ। ਦੇਖੋ 5ਵਾਂ ਆਪਾਂ ਨੂੰ ਜਿੱਥੇ ਨਾਮ ਯਾਨੀ ਕਿ ਮਿਲਿਆ ਸੀਗਾ ਬੈਲਨ ਵਾਲਾ, ਆਪਾਂ ਗਾਂਹ ਜਾ ਕੇ ਦੇਖਦੇ ਕਿ ਗੱਲ ਕਿੱਥੇ ਕੀਤੀ ਆ, ਆਹ ਆਪਣੇ ਕੋਲ ਬੈਲਨ ਵਾਲਾ ਨਾਮ ਸੀਗਾ ਇੱਥੇ। ਹੁਣ ਇਹ ਨਾਮ ਤੋਂ ਗਾਂਹ ਜਾ ਕੇ ਆਪਾਂ ਲੱਭਣਾ ਵਾ ਜਿੱਥੇ ਲਿਖਿਆ ਪਿਆ ਹੋਵੇ 2 ਕੈਰੀਅਰ ਵਾਲਾ, ਤਾਂ ਆਹ ਪੇਜ ਦੇ ਵਿੱਚ ਕਿਤੇ ਵੀ 2 ਕੈਰੀਅਰ ਲਿਖਿਆ ਹੋ ਸਕਦਾ। ਤੁਹਾਡੇ ਸਾਹਮਣੇ ਪਿਆ ਜੀ ਆਹ ਪਿਆ, ਇਹ ਆਪਣਾ ਹੈਗਾ ਵਾ 6ਵੇਂ ਨੰਬਰ ਵਾਲਾ ਕੁਐਸਚਨ। ਸਾਰੇ ਯੈਸ ਨੂੰ ਨੋਟ ਗਿਵਨ ਹੋ ਗਏ, 7ਵਾਂ 8ਵਾਂ ਵੀ ਹੋ ਗਿਆ। ਹੁਣ ਇੱਥੇ ਇੱਕ ਸ਼ੋਰਟਕੱਟ ਦੱਸਦਾ ਵਾਂ, ਜਿਹੜੀ ਗਾਂਹ ਵਾਲੀ ਟਾਈਪ ਰਹੇਗੀ ਤੁਹਾਡੀ, ਸਭ ਤੋਂ ਲਾਸਟ ਵਿੱਚ ਤੁਸੀਂ ਕੀ ਕਰਨਾ, ਕੋਈ 4 ਚੂਜ਼ ਕਰਨੇ ਆ। ਤੁਸੀਂ ਹੁਣ ਜਾ ਕੇ ਰੀਡਿੰਗ ਦੇ ਵਿੱਚ ਦੇਖਣਾ ਕਿ ਕਿਹੜਾ ਪਾਰਟ ਰੀਡਿੰਗ ਦਾ ਯੂਜ਼ ਹੋ ਚੁੱਕਿਆ ਵਾ। ਧਿਆਨ ਨਾਲ ਦੇਖੋ, ਪਹਿਲੇ 3 ਆ, ਪਹਿਲੇ 2 ਦੇ 2 ਪੈਰੇ ਕੀ ਹੋ ਚੁੱਕੇ ਆ, ਯੂਜ਼ ਹੋ ਚੁੱਕੇ ਆ, ਯੂਜ਼ਡ ਪੈਰਾਗ੍ਰਾਫਸ ਆਏ। ਗਾਂਹ ਜਾ ਕੇ ਜੇ ਆਪਾਂ ਧਿਆਨ ਨਾਲ ਦੇਖੀਏ ਤਾਂ ਆਪਣੇ ਕੋਲ ਅਜੇ ਕੀ ਆ, ਨੋਟ ਯੂਜ਼ਡ, ਇਹ ਯੂਜ਼ ਨਹੀਂ ਹੋਇਆ। ਗਾਂਹ ਵਾਲਾ ਜਾ ਕੇ ਦੇਖੀਏ, ਨੋਟ ਯੂਜ਼ਡ, ਇਹ ਯੂਜ਼ ਨਹੀਂ ਹੋਇਆ। ਗਾਂਹ ਵਾਲਾ ਹੋਰ ਜਾ ਕੇ ਦੇਖੀਏ ਤਾਂ ਨੋਟ ਯੂਜ਼ਡ, ਹਾਲੇ ਤੱਕ ਯੂਜ਼ ਨਹੀਂ ਹੋਇਆ। ਅਤੇ ਗਾਂਹ ਵਾਲਾ ਫਿਰ ਆਪਣੇ ਕੋਲ ਕੀ ਆ, ਨੋਟ ਯੂਜ਼ਡ, ਆਹ ਵਾਲੀ ਰੀਡਿੰਗ ਆਪਣੇ ਕੋਲ ਹਜੇ ਕੀ ਆ, ਨੋਟ ਯੂਜ਼ਡ ਆ, ਅਤੇ ਬਾਕੀ ਸਾਰੀ ਰੀਡਿੰਗ ਯੂਜ਼ ਹੋ ਚੁੱਕੀ ਆ। ਅਤੇ ਤੁਹਾਡੀ ਹਜੇ ਫਾਈਨਲ ਜਿਹੜੀ ਟਾਈਪ ਉਹ ਪਈ ਆ, ਫਾਈਨਲ ਟਾਈਪ ਦੇ ਵਿੱਚ ਕੀ ਪੁੱਛਿਆ ਵਾ, ਫਾਈਨਲ ਟਾਈਪ 'ਚ ਪੁੱਛਿਆ ਨੰਬਰ ਆਫ ਫੈਕਟਰਸ, ਇਹਦਾ ਮਤਲਬ ਇਹ ਕਿੱਥੇ ਹੋਣਗੇ। ਡੈਫੀਨੇਟਲੀ ਤੁਸੀਂ ਸਹੀ ਸੋਚ ਰਹੇ ਹੋ, ਜਿਹੜਾ ਪੈਰਾ ਹਜੇ ਯੂਜ਼ ਹੀ ਨਹੀਂ ਹੋਇਆ। ਧਿਆਨ ਨਾਲ ਦੇਖਿਓ ਨੰਬਰ ਆਫ ਫੈਕਟਰ, ਅਤੇ ਉਹ 4 ਦੇ 4 ਪਏ ਆ ਤੁਹਾਡੇ ਕੋਲ ਇੱਥੇ, ਸਿਰਫ 2 ਮਿੰਟ ਦੇ ਵਿੱਚ, 2 ਮਿੰਟ ਤੋਂ ਵੀ ਘੱਟ ਸਮੇਂ ਦੇ ਵਿੱਚ ਵਿੱਚ 13 ਦੇ 13 ਕੁਐਸਚਨ ਨੂੰ ਸਕੈਨ ਕੀਤਾ ਜਾ ਸਕਦਾ। ਇਹਨੂੰ ਮੈਪ ਰੀਡਿੰਗ ਕਹਿ ਦਿੰਦੇ ਆ। ਸੋ ਇਹ ਵੀਡੀਓ ਨੂੰ ਸ਼ੇਅਰ ਕਰੋ, ਜਿੰਨਾ ਬੱਚਿਆਂ ਦਾ ਪੇਪਰ ਨੇੜੇ ਆ ਉਹ ਮਿੰਟੋ ਮਿੰਟੀ ਰੀਡਿੰਗ ਦੇ ਵਿੱਚੋਂ ਬੈਣ ਲੈਣਾ। ਹੁਣ ਪਾਉਣ ਦਾ ਕੰਮ ਕਰਿਆ ਕਰੋ, ਗਾਂਹ ਦੀਆਂ ਸਪਰੈਡ ਕਰਿਆ ਕਰੋ ਚੰਗੀਆਂ ਚੀਜ਼ਾਂ, ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਮੈਂ ਸ਼ੋਰਟਕੱਟ ਬਹੁਤ ਜ਼ਿਆਦਾ ਟਾਈਮ ਸੇਵ ਕਰਨ ਵਾਲੀਆਂ ਚੀਜ਼ਾਂ ਦੱਸਾਂ। ਅਤੇ ਜੇ ਤੁਸੀਂ ਮੇਰੇ ਨਾਲ ਬੈਚ, ਹੁਣ ਮੈਂ ਯਾਨੀ ਕਿ ਦੀਵਾਲੀ 'ਤੇ ਇੱਕ ਹੁਣ ਬੈਚ ਸ਼ੁਰੂ ਕਰਨ ਜਾ ਰਿਹਾ, 24 ਤਰੀਕ ਤੋਂ ਪਹਿਲਾਂ ਤੁਸੀਂ ਬੈਚ ਜੁਆਇਨ ਕਰ ਸਕਦੇ ਹੋ। ਫੀਸ ਹੈਗੀ ਆ ਸਿਰਫ 3,999, ਓਕੇ, ਸਿਰਫ 3,999 ਰੁਪਏ ਆ ਫੀਸ ਆ, ਜੋ ਕਿ ਵੈਸੇ ਸਟੈਂਡਰਡ ਫੀਸ ਜਿਹੜੀ ਮੇਰੀ ਹੁੰਦੀ ਆ ਉਹ 5,000 ਹੁੰਦੀ ਆ। ਸੋ ਵੀਡੀਓ ਨੂੰ ਸ਼ੇਅਰ ਕਰੋ ਅਤੇ ਮਿਲਦੇ ਹਾਂ ਕੱਲ੍ਹ ਫਿਰ। ਟਿਲ ਦੈਨ ਟੇਕ ਕੇਅਰ, ਬਾਏ।